ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਹੋਸਟ ਚਾਚਾ ਸਨਰੀ। ਦੋਸਤੋ, ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਗਾਣਾ ਆਇਆ ਸੀ ਐਲ ਚੈਪੋ, ਜਿਸ ਵਿੱਚ ਉਸਨੇ ਹੈਪੀ ਰਾਏਕੋਟੀ ਦੇ ਨਾਲ ਨਾਲ ਨਰਿੰਦਰ ਬਾੜ ਨੂੰ ਵੀ ਟੌਂਟ ਮਾਰੀ ਸੀ ਅਤੇ ਕਿਹਾ ਸੀ ਕਿ ਸੁਣ ਕੇ ਭੁੱਲ ਜਾਏਗੀ ਆ ਰਾਏਕੋਟੀ ਦੇ ਬਾਠਾਂ ਦੇ ਜੱਟ ਦੇ ਬੋਲ ਇਉਂ ਜੋ ਫਾਇਰ ਦੇ ਨਾਲ ਹੀ ਮਾਰੇ। ਅਤੇ ਹੁਣ ਜਦੋਂ ਇਸ ਚੀਜ਼ ਬਾਰੇ ਨਰਿੰਦਰ ਬਾੜ ਤੋਂ ਬੰਬ ਬੀਟਸ ਦੁਆਰਾ ਹੋਈ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਇਹ ਕੀ ਸੀਨ ਹੈ, ਤਾਂ ਨਰਿੰਦਰ ਬਾੜ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਸਾਰੀ ਪੰਜਾਬੀ ਇੰਡਸਟਰੀ ਹੈਰਾਨ ਹੋ ਗਈ। ਨਰਿੰਦਰ ਬਾੜ ਨੇ ਕੀ ਕਿਹਾ ਸਿੱਧੂ ਮੂਸੇਵਾਲੇ ਬਾਰੇ, ਤੁਸੀਂ ਆਪ ਹੀ ਦੇਖੋ ਇਸ ਵੀਡੀਓ ਵਿੱਚ। ਸਿੱਧੂ ਮੂਸੇਵਾਲਾ ਜੋ ਕਿ ਤੁਹਾਡਾ ਇੱਕ ਗੁੱਡ ਫਰੈਂਡ ਹੈ, ਮੈਂ ਜਿੱਥੇ ਤੱਕ ਸੁਣਿਆ ਆ, ਮੈਂ ਜਾਣਦਾ ਤੁਹਾਨੂੰ ਜਿੰਨੀ ਨਜ਼ਦੀਕੀਆਂ ਤੋਂ ਬੈਠੇ, ਹਾਂਜੀ, ਤੇ ਆਪਾਂ ਬੈਠੇ, ਤੇ ਉਹ ਉਹਨਾਂ ਨੇ ਗੀਤ ਚ ਤੁਹਾਡੇ ਬਾਰੇ ਐਵੇਂ ਕਿਉਂ ਬੋਲਿਆ? ਯਾਰ ਘੈਂਟ ਕੁਐਸਚਨ ਆ ਤੇਰਾ ਬਾਈ, ਗੌਰ ਨਾਲ ਸੁਣਿਓ ਯਾਰ ਗੱਲ, ਤੇ ਇਹ ਗੱਲ ਘੈਂਟ ਗੱਲ ਤੁਹਾਨੂੰ ਅੱਜ ਸਮਝਾਉਣੀ ਆ ਮੈਂ। ਤੇ ਉਹਨਾਂ ਦਿਨਾਂ ਚ ਉਹਨੂੰ ਲੱਗਦਾ ਹੋਊਗਾ ਉਹਨੂੰ ਨਹੀਂ ਵਧੀਆ ਲੱਗਦਾ ਹੋਣਾ, ਉਹਨੇ ਲੈਨ ਪਾਤੀ ਵੀ ਆਏ ਹਨਾ, ਉਹ ਸਾਈਕੀ ਆ ਯਾਰ, ਕੁਛ ਵੀ ਲਿਖ ਸਕਦਾ ਬੰਦਾ, ਕੋਈ ਆਏ ਥੋੜਾ ਵਾ, ਕੋਈ ਕਿਸੇ ਨੂੰ ਵੀ। ਹੁਣ ਉਹ ਜਦੋਂ ਅਸੀਂ ਮਿਲੇ ਹਨਾ, ਪਹਿਲੀ ਗੱਲ ਤਾਂ ਯਾਰ ਉਹਦੀ ਇਹ ਬਹੁਤ ਮੈਨੂੰ ਘੈਂਟ ਲੱਗੀ ਗੱਲ ਸਿੱਧੂ ਦੀ, ਵੀ ਯਾਰ ਉਹਨੇ ਆਪ ਆਇਆ ਉਹ, ਫਿਰ ਮੁੰਡੇ ਮਾਡੇ ਵਾਲੇ ਨੀ ਲੈ ਕੇ ਆਇਆ, ਤੇ ਜਿਵੇਂ ਤੇ ਜਦੋਂ ਆਇਆ ਉਹ, ਆਉਣ ਤੋਂ ਬਾਅਦ ਮੰਨ ਲਓ ਅਸੀਂ ਮਿਲੇ, ਮਿਲਣ ਤੋਂ ਬਾਅਦ ਸਾਡਾ ਇੱਕ ਮਿੱਤਰਤਾ ਵਾਲਾ ਸਿਸਟਮ ਬਣ ਗਿਆ ਆਪਸ 'ਚ, ਸਾਨੂੰ ਇੱਕ ਦੂਜੇ ਨੂੰ ਗੁੱਡ ਵਾਈਬ ਆਉਣ ਲੱਗੀ, ਮੁਲਾਕਾਤਾਂ ਵੱਧ ਗਈਆਂ ਹਨਾ, ਉਹ ਸਤਿਕਾਰ ਉਹਨੇ ਮੈਨੂੰ ਪਰਖਿਆ ਹੋਣਾ ਜਾਂ ਹਨਾ, ਉਹ ਮੈਨੂੰ ਸਤਿਕਾਰ ਲੱਗ ਗਿਆ ਜਿਹੜਾ, ਅਤੇ ਮੈਂ ਇੱਧਰੋਂ ਜਿਵੇਂ ਇੱਕ ਕਮਾਂਡ ਦਿੰਦਾ ਹੁੰਦਾ ਹੈ ਨਾ, ਮੈਂ ਸਾਡੇ ਜਾਣੀ ਕਿ ਰੋਜ਼ ਗੱਲ ਹੁੰਦੀ ਸੀ ਵਧੀਆ ਲੈਵਲ 'ਤੇ, ਅਤੇ ਸਾਡੀ ਇਹ ਵੀ ਗੱਲ ਹੋ ਰਹੀ ਆ ਹੁਣ ਇਹਨਾਂ ਦਿਨਾਂ 'ਚ ਵੀ ਹੈ ਨਾ, ਵੀ ਜਿਹੜੇ ਤੁਹਾਡੇ ਗਾਣੇ ਆ ਵੀ ਆਪਾਂ ਨੂੰ ਹੁਣ ਇਹਨਾਂ ਨੂੰ ਇਹਨਾਂ ਦਾ ਟ੍ਰੀਟਮੈਂਟ ਵਧੀਆ ਕਰਦੇ ਹਾਂ, ਵੀ ਵਧੀਆ ਟ੍ਰੀਟਮੈਂਟ ਲੈ ਕੇ ਆ ਵੀ ਹੋਰ ਵੀ ਵਧੀਆ, ਕੁਛ ਵਧੀਆ ਜਿਹਾ ਕਰਕੇ ਇੱਦਾਂ ਅਸੀਂ ਇੱਕ ਦੂਜੇ ਨਾਲ ਐਵੇਂ ਵਰਤ ਰਹੇ ਹਾਂ। ਅਤੇ ਦੁਖਾਂਤ ਇਹ ਆ ਵੀ ਉੱਧਰ ਇਹ ਐਕਸੀਡੈਂਟ ਹੋ ਗਿਆ, ਉਹਦਾ ਗਾਣਾ ਲੀਕ ਹੋ ਗਿਆ ਕਿਉਂਕਿ ਓਫੀਸ਼ੀਅਲੀ ਉਹਨੇ ਪਾਇਆ ਨਹੀਂ ਨਾ। ਓਕੇ ਓਕੇ ਓਕੇ, ਓਫੀਸ਼ੀਅਲੀ ਜਦੋਂ ਜਿਹੜਾ ਗਾਣਾ ਆਇਆ ਉਹਦੇ 'ਚ ਯਾਤਰਾ ਹੈ ਨਹੀਂ, ਠੀਕ ਹੈ ਜੀ, ਉਹ ਲੀਕ ਹੋ ਗਿਆ। ਹੁਣ ਯਾਰ ਬਾਠ ਨੂੰ ਤਾਂ ਪਤਾ ਨਾ ਵੀ ਬੰਦਾ ਵਧੀਆ, ਉਹ ਤਾਂ ਹੋ ਗਿਆ ਯਾਰ, ਦੂਜੇ ਦਿਨ ਸਵੇਰੇ ਉਹ ਵਿਚਾਰਾ ਦੁੱਖ ਦਾ ਪ੍ਰਗਟਾਵਾ ਵੀ ਕਰ ਰਿਹਾ ਮੇਰੇ ਕੋਲ। ਓਕੇ ਯਾਰ, ਇਹ ਤੋਂ ਘੈਂਟ ਕੀ ਆ ਨਾ ਵੀਰੇ, ਗੁੱਡਾ ਯਾਰ, ਕੱਲ੍ਹ ਵੀ ਇਕੱਠੇ ਸੀ, ਅੱਜ ਵੀ ਇਕੱਠੇ ਹਾਂ, ਕੱਲ੍ਹ ਨੂੰ ਵੀ ਇਕੱਠੇ ਸੀ। ਵਾਹ ਜੀ, ਅਗਲਾ ਕੁਛ। ਸੋ ਦੋਸਤੋ, ਅੱਜ ਦੇ ਲਈ ਇੰਨਾ ਹੀ, ਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਤੇ ਨਰਿੰਦਰ ਬਾੜ ਨੂੰ ਪਿਆਰ ਕਰਦੇ ਹੋ ਤਾਂ ਉਹਨਾਂ ਦਾ ਨਾਮ ਕਮੈਂਟਾਂ ਵਿੱਚ ਜ਼ਰੂਰ ਲਿਖਿਓ, ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ, ਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।